ਹਾਂਜੀ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਜਿੱਕੀ ਭਤੇ ਆ ਡੇਲੀ ਪੋਸਟ ਆਲੇ ਆ ਇਹ ਹੀ ਇੰਟਰਵਿਊ ਕਰਨਾ ਮੈਂ ਭਜਾਇਆ ਪੂਰਾ ਅਹੀਂ ਕੋਈ ਇੰਟਰਵਿਊ ਨਹੀਂ ਦਿੱਤੀ ਇਹਨਾਂ ਨੂੰ ਇੱਥੋਂ ਨਠਾਇਆ ਆ ਇਹ ਲੈਣ ਭਾਬੀ ਚੁੰਮਿਆਂ ਵਾਲਿਆਂ ਦੀਆਂ ਜਿਨ੍ਹਾਂ ਦੀ ਵੀ ਇੰਟਰਵਿਊ ਲੈਣੀ ਆ ਅਸੀਂ ਇੰਟਰਵਿਊ ਨਹੀਂ ਦੇਣੀ ਆ ਇਹ ਐਵੇਂ ਸਾਨੂੰ ਫੇਮਸ ਕਰਨ ਤੇ ਲੱਗੇ ਯਾਰ ਆ ਡੇਲੀ ਪੋਸਟ ਦੀ ਗੱਡੀ ਆ ਆ ਖੋਲੀ ਆ ਖੋਲੀ ਯਾਰ ਮਾੜਾ ਜਿਹਾ ਡੇਲੀ ਪੋਸਟ ਆਲੇ ਆਪਣਾ ਮੈਕ ਦਿਖਾਈ ਆ ਕੈਮਰਾਮੈਨ ਆ ਕੈਮਰਾਮੈਨ ਆ ਡੇਲੀ ਪੋਸਟ ਠੀਕ ਹੈ ਜੀ ਇਹ ਆਏ ਸਾਡੀ ਇੰਟਰਵਿਊ ਕਰਨ ਐਸੀ ਨਹੀਂ ਲਈ ਠੀਕ ਹੈ ਵੀਰੇ ਅਸੀਂ ਇੱਕ ਕੀ ਨਿਕਾਜੇ ਕੰਮ ਕਰਤਾ ਪਿੱਛੇ ਪੈ ਕੇ ਜਾਓ ਹੁਣ ਤੁਸੀਂ ਬਾਕੀ ਮੈਂ ਆਪਣੇ ਸਾਹਮਣੇ ਲੈਣਾ ਸਭ ਕੁਝ ਜਾ ਆ ਡੇਲੀ ਪੋਸਟ ਵਾਲੇ ਜਾਂਦੇ ਆ ਜੀ ਇਹਨਾਂ ਨੂੰ ਇਥੋਂ ਭਜਾਇਆ ਆ ਹੋਰ ਵੀ ਵੀਡੀਓ ਬਣਾਈਆਂ ਇਹਨਾਂ ਦੀਆਂ ਇਹ ਕਿਸੇ ਦੇ ਸਿੱਖ ਕੇ ਸਿਖਾ ਕੇ ਆਏ ਤੁਹਾਡੀ ਇੰਟਰਵਿਊ ਕਰਨੀ ਦੱਸ ਅਸੀਂ ਕਿੱਡੇ ਗ ਰਾਜੇ ਜਿਹੜੀ ਸਾਡੀ ਇੰਟਰਵਿਊ ਕਰਨੀ ਹੈ ਕਿੱਡੇ ਕਰਾਜੇ ਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਮੇਰੇ ਕੋ ਪੂਰੇ ਪ੍ਰੂਫ ਪਏ ਆ ਡੈਲੀ ਪੋਸਟ ਪੰਜਾਬੀ ਸ਼ਰਮ ਨੂੰ ਹੱਥ ਮਾਰੋ ਵੀਰੋ ਆਹੋ ਵੀਡੀਓ ਆ ਦੂਜੀਆਂ ਹੋਣਾ ਆ ਤੁਸੀਂ ਦੇਖ ਲਿਓ ਕਿੱਦਾਂ ਇਹ ਲੋਕ ਜਿਹੜੇ ਆ ਨਾ ਮੀਡੀਆ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਇੰਟਰਵਿਊ ਕਰਦੇ ਆ ਕੋਈ ਹਾਂ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਬੰਦਿਆਂ ਦੇ ਹੀ ਤੁਹਾਡੇ ਕੋ ਆਏ ਆ ਜੀ ਅਹੀਂ ਆਉਣਾ ਇੰਟਰਵਿਊ ਕਰਨੀ ਮੈਂ ਕਿਹਾ ਨਹੀਂ ਕਰਨੀ ਆਂਦੇ ਕਰਨੀ ਕਰਨੀ ਮੇਰੇ ਕੋਲ ਰਿਕਾਰਡਿੰਗਾਂ ਸਾਰਾ ਕੁਝ ਪਿਆ ਹੈ ਮੇਰੇ ਘਰ ਕੋਈ ਮੀਡੀਆ ਵਾਲਾ ਬੰਦਾ ਨਾ ਵੜੇ ਅਹੀਂ ਕਿੱਡਾ ਯਾਰ ਗੋਡ ਮੈਡਲ ਲੈ ਲਿਆ ਯਾਰ ਕਿਤੇ ਸੂਏ ਜੋ ਲਾਸ਼ਾਂ ਕੱਢ ਲਈਆਂ ਤੇ ਕੀ ਵੱਡਾ ਮੱਦੀ ਕੰਮ ਕਰਤਾ ਅਸੀਂ ਯਾਰ ਜਿਹੜਾ ਇੱਧਰ ਸਾਹਮਣੇ ਬੋਲੀ ਚੱਲ ਕੀ ਵੱਡਾ ਕੰਮ ਕਰਤਾ ਆ ਡੇਲੀ ਪੋਸਟ ਵਾਲੇ ਭਜਾਏ ਜੀ ਅਹੀਂ ਆਜਾ ਕੋਈ ਵੀਰ ਕਿਹੜਾ ਤੇ ਜੇ ਪਰਚਾ ਕਰਾਉਂਦੇ ਨਾ ਸਾਡੇ ਤੇ ਤੇ ਸਾਡੇ ਕੋ ਪਰੂਫ ਪਏ ਆ ਅਸੀਂ ਮਨਾ ਕੀਤਾ ਮੈਂ ਕਹਿੰਦਾ ਉਹ ਸਿੱਧਾ ਹੀ ਆ ਤੂੰ ਮੂੰਹ ਤੇ ਬੋਲੀਆ ਵੇਖੋ ਵੀਰੇ ਇਹ ਆ ਮਲਵਲ ਜਿੱਦਾਂ ਕੋਈ ਵੀ ਚੈਨਲ ਵਾਲਾ ਕਦੀ ਮੂੰਹ ਚੁੱਕ ਕੇ ਇਧਰੋਂ ਆ ਗਿਆ ਕੋਈ ਕਦੀ ਇਧਰੋਂ ਆ ਗਿਆ ਇਹਨਾਂ ਨੂੰ ਮਲਵੇ ਆ ਕਿ ਇਹ ਬੰਦੇ ਵਾਹ ਵਾਹ ਖੱਟਣਾਂ ਹਨ ਨੂੰ ਕੋਈ ਵਾਹ ਵਾਹ ਖੱਟਣ ਦੀ ਲੋੜ ਨਹੀਂ ਨਾ ਹੀ ਵੀਰ ਕੋਈ ਪੈਸੇ ਵਾਲੇ ਬੰਦੇ ਆ ਕਿ ਕਿਸੇ ਤੋਂ ਪੈਸਾ ਲੈਣਾ ਤੇ ਅਸੀਂ ਐਡਾ ਕਿਹੜਾ ਕੋਈ ਮਲ ਵੱਡਾ ਕੰਮ ਕਰਤਾ ਅਸੀਂ ਤੇ ਇੱਕ ਪੋ ਨਾ ਕੀਤਾ ਯਾਰੇ ਗगनभेदी ਹੋਇਆ ਇਹ ਇਹ ਜਿੰਨੇ ਵੀ ਆ ਮੱਕੜ ਵਰਗੇ ਅਨੇ ਮੱਕੜ ਨੂੰ ਅਸੀਂ ਮਾਰਤਾ ਨਹੀਂ ਕਹਿੰਦੇ ਚਲੋ ਮੱਕੜ ਵੀ ਇੰਨਾ ਚਿਰ ਰਲ ਗਿਆ ਇਹ ਭੇਜੇ ਹੋਏ ਆ ਕਟੀੜਾਂ ਦੇ ਬੰਦੇ ਵੀ ਇਹਨਾਂ ਦੀ ਇੰਟਰਵਿਊ ਕਰਕੇ ਬਦਨਾਮ ਕਰੀਏ ਜਰ ਜਦੋਂ ਅਸੀਂ ਆਪਣੀ ਇੰਟਰਵਿਊ ਚਾਹੁੰਦੇ ਨਹੀਂ ਮੈਂ ਆਪਣੀ ਜਿੰਨੀ ਵੀ ਇਹਨੇ ਮਾਫੀ ਮੰਗ ਕੇ ਗਿਆ ਮੇਰੇ ਕੋ ਡੇਲੀ ਪੋਸਟ ਵਾਲਾ ਮਾਫੀ ਮੰਗ ਕੇ ਮੈਂ ਵੀਡੀਓ ਪਾਉਣਾ ਤੁਹਾਨੂੰ ਮਾਫੀ ਮੰਗ ਕੇ ਗਿਆ ਕਿਉਂ ਗਿਆ ਪਤਾ ਕਿਉਂ ਗਿਆ ਸੱਜਣੋ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਬਹੁਤ ਕੀਤੀ ਇਹ ਮੇਰੇ ਖਿਲਾਫ ਸੀ ਮੈਂ ਸਮਝ ਗਿਆ ਸੀ ਕਿ ਇਹ ਆਂਡੇ ਆ ਇਹਨਾਂ ਨੇ ਮੈਨੂੰ ਕਿਹਾ ਅਹੀਂ ਵੀਰੇ ਆਉਣਾ ਮੈਂ ਕਿਹਾ ਮੈਂ ਨਹੀਂ ਇੰਟਰਵਿਊ ਕਰਨੀ ਆਂਦੇ ਆਉਣਾ ਮੈਂ ਕਿਹਾ ਮੈਂ ਨਹੀਂ ਕਰਨੀ ਆਂਦੇ ਅਹੀਂ ਵੀਰੇ ਆ ਗਏ ਚੁੱਕੇ ਟੋਟੀਆਂ ਮੈਂ ਕਿਹਾ ਫਿਰ ਆ ਹੀ ਜਾਓ ਇਹਨਾਂ ਨੂੰ ਘਰ ਤੇ ਨਹੀਂ ਭਾਇਆ ਦੇਖ ਲਓ ਤੁਸੀਂ ਦੇਖ ਸਕਦੇ ਜੇ ਤੁਸੀਂ ਕਹੋ ਵੀ ਦੁਸ਼ਮਣ ਨੂੰ ਘਰ ਤੇ ਬਿਠਾ ਕੇ ਇਦਾਂ ਘਰ ਤੇ ਨਹੀਂ ਬਿਠਾਇਆ ਘਰ ਆਉ ਦੂਰ ਜੇ ਨਾ ਹੱਥ ਚੱਕਿਆ ਉਹ ਵੀ ਵੀਡੀਓ ਪੂਰੀ ਸਾਡੇ ਕੋਲ ਬਣੀ ਆ ਅਸੀਂ ਪੂਰਾ ਪ੍ਰੂਫ ਕਰਾਂਗੇ ਪਰ ਜੇ ਇਹ মিডিਆ ਵਾਲੇ ਮੈਂ ਕਿਹਾ ਤੁਸੀਂ ਭਾਬੀ ਚੁੰਮਿਆਂ ਵਾਲੀ ਦੀ ਜਾ ਕੇ ਇੰਟਰਵਿਊ ਕਰੋ ਤੁਸੀਂ ਕਿਸੇ ਕੁੱਤੇ ਬੰਦੇ ਦੀ ਇੰਟਰਵਿਊ ਜਾ ਕੇ ਕਰੋ ਤੁਸੀਂ ਜਾ ਕੇ ਕਰੋ ਨੂਰ ਦੀ ਇੰਟਰਵਿਊ ਤੁਸੀਂ ਹੋਰਾਂ ਦੀ ਇੰਟਰਵਿਊ ਕਰੋ ਗੰਦ ਪਿੱਲਾਂ ਦੀ ਉਹ ਸਾਰੀ ਮੈਂ ਤੁਹਾਨੂੰ ਦੱਸੂਗਾ ਇਹ ਬੰਦੇ ਇਹ ਬੰਦੇ ਟੀਆਰਪੀ ਲੈਣ ਦੀ ਖਾਤਰ ਕਿੱਥੋਂ ਤੱਕ ਪਹੁੰਚੇ ਮੇਰੇ ਪਿੰਡ ਤੱਕ ਡੇਲੀ ਪੋਸਟ ਵਾਲੇ ਭਜਾਏ ਮੈਂ ਮੈਂ ਕਹੇ ਮੇਰੇ ਘਰ ਵੜਨ ਦੀ ਲੋੜ ਨਹੀਂ ਹਾਂ ਇਹਨਾਂ ਜ਼ਰੂਰ ਹੈ ਠੰਡਾ ਤਤਾ ਪਾਣੀ ਪਿਆਇਆ ਸਾਰਾ ਕੁਝ ਕੀਤਾ ਉਹ ਮੇਰੇ ਕੋ ਪਰੂਫ ਆ ਦੂਜੀਆਂ ਵੀਡੀਓ ਵੀ ਬਣੀਆਂ ਪਈਆਂ ਵਾ ਜਿੱਥੇ ਮੂਤ ਨਿਕਲੇ ਪਿਆ ਗਗਨ ਬੇਦੀ ਦਾ ਡੇਲੀ ਪੋਸਟ ਸੁਣ ਲੋ ਉਹ ਤੁਹਾਡੇ ਗਗਨ ਬੇਦੀ ਦਾ ਮੂਤ ਨਿਕਲੇ ਪਿਆ ਵਾ ਕਿਉਂਕਿ ਝੂਠਾ ਆ ਬਿਨਾ ਕਿਸੇ ਸਬੂਤ ਤੋਂ ਜਦੋਂ ਕੋਈ ਬੰਦਾ ਬੁਲਾਉਂਦਾ ਹੀ ਨਹੀਂ ਤੂੰ ਹੀ ਉਹਦੇ ਘਰ ਤੱਕ ਕਿੱਦਾਂ ਪਹੁੰਚ ਗਿਆ ਭਈ ਹੁਣ ਸਾਨੂੰ ਟੋਟੀਆਂ ਆਣ ਕੇ ਕਹਿੰਦੇ ਵੀ ਇੱਥੇ ਆ ਗਏ ਤਾਂ ਫਿਰ ਆਹ ਦਾ ਪਰ ਜਿੱਥੇ ਬਾਂਦਾ ਹੀ ਨਾ ਵੀ ਜੇ ਆ ਗਿਆ ਤੇ ਲੈ ਆਈਏ ਠੰਡਾ ਤਤਾ ਪਿਆਈਏ ਉਹ ਪਿਆਇਆ ਹੈ ਤਾਂ ਉਹ ਦੂਜੀਆਂ ਵੀਡੀਓ ਵਿੱਚ ਮੈਂ ਸ਼ੇਅਰ ਕਰੂੰਗਾ ਜਿੱਥੇ ਮਾਫੀਆਂ ਮੰਗੀਆਂ ਇਸ ਬੰਦੇ ਨੇ ਕਿਉਂ ਮੰਗੀਆਂ ਉਹ ਤੁਹਾਨੂੰ ਸਾਰਾ ਪਤਾ ਲੱਗੂ ਡੇਲੀ ਪੋਸਟ ਵਾਲਿਓ ਇਹੋ ਜਿਹੇ ਬੰਦੇ ਰੱਖਿਆ ਤੁਸੀਂ ਹੈ ਅਸੀਂ ਜਦੋਂ ਮਸ਼ਹੂਰ ਹੋਣਾ ਹੀ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਨਹੀਂ ਕਿ ਸਾਨੂੰ ਕੋਈ ਪੈਸਾ ਪਾਵੇ ਸਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਅਸੀਂ ਜਗਤਾਂ ਲੈ ਲਈਆਂ ਠੀਕ ਹੈ ਅਜੀ ਜੋ ਵੀ ਚੀਜ਼ ਲੈਣੀ ਲੈ ਲਈ ਮੱਦੀ ਠੀਕ ਆ ਗੱਲ ਕਰਾਂ ਮੈਂ ਬੜੀ ਵੀਰਾਂ ਨੂੰ ਦੇ ਦੇ ਉਹ ਸਾਹਮਣੇ ਤੇਰਾ ਮੂੰਹ ਚਲਣ ਡਿਆ ਵਾ ਦੱਸ ਤੂੰ ਦੇਖੋ ਵੀਰੇ ਅਹੀਂ ਨਾ ਤਾਂ ਵਾਵਾ ਕੱਟਣੀਆਂ ਨਾ ਹੀ ਨਾ ਕੱਟਣਾ ਤੇ ਨਾ ਹੀ ਅਸੀਂ ਕਿਸੇ ਵੀਰ ਤੋਂ ਪੈਸਾ ਲੈਣਾ ਠੀਕ ਆ ਦੂਜੀ ਗੱਲ ਇਹ ਆ ਕਿ ਜਿੱਦਾਂ ਚੈਨਲ ਵਾਲੇ ਕਿਸੇ ਦੇ ਸੱਕੇ ਸਕਾਏ ਆ ਜਾਂਦੇ ਆ ਵੀ ਜਾਓ ਤੁਸੀਂ ਉਹਨਾਂ ਦੇ ਇੰਟਰਵਿਊ ਲਓ ਐਦਾਂ ਵੀ ਬਦਨਾਮ ਹੋਵੇ ਨਾਮ ਹੋਣਾ ਵੀ ਅਦਸਰ ਮੇਰੀ ਗੱਲ ਸੁਣੋ ਵੀ ਅਹੀਂ ਤੇ ਇੱਕ ਚਾਂਸ ਹੋਇਆ ਯਾਰ ਇੱਕ ਨੂੰ ਇੰਟਰਵਿਊ ਦੇ ਦਿੱਤੀ ਆਪਾਂ ਹਮਦਰਦ ਟੀਵੀ ਨੂੰ ਦੇ ਦਿੱਤੀ ਨਾ ਇਹ ਦੂਜਾ ਕੌਣ ਵਾਰ-ਵਾਰ ਇਹ ਗੱਲ ਤੇ ਸੁਣੋ ਸੁਣ ਲੈ ਅਸੀਂ ਦੇ ਇੱਕ ਚਾਂਸ ਹੋਇਆ ਬਜ਼ੁਰਗਾਂ ਦੇ ਨਾਲ ਅਸੀਂ ਤਾਂ ਉਹਨਾਂ ਨੂੰ ਕੱਢ ਕੇ ਇੱਕ ਮਾਲਕ ਬਾਬੇ ਨਾਨਕ ਨੇ ਸਾਨੂੰ ਕਿਹਾ ਕਿ ਤੁਸੀਂ ਸੇਵਾ ਕਰੋ ਇੰਨੀ ਕੀ ਸੇਵਾ ਕੀਤੀ ਉਹ ਵੀ ਅਸੀਂ ਆਪਣੇ ਚੇਤੇ ਲੋਹੁੰਦੇ ਨਹੀਂ ਆ ਕਿ ਅਸੀਂ ਆਹੀਂ ਕੀਤੀ ਅਸੀਂ ਕੀਤੀ ਇਹ ਲੋਕ ਸਾਨੂੰ ਜਾਣੇ ਕਾਰਨ ਦੁਨੀਆ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਭਰਾ ਅਸੀਂ ਹੱਥ ਜੋੜ ਕੇ ਸਾਨੂੰ ਐ ਸਵਾਲਾਂ ਦੇ ਜਵਾਬ ਦੋ ਮੱਦੀ ਕੀ ਕਹਿੰਦੇ ਸੀ ਕਹਿੰਦੇ ਸਾਨੂੰ ਸਾਰਾ ਲਾਂ ਸਵਾਲਾਂ ਜਵਾਬ ਦੋ ਫਿਰ ਅੱਗੇ ਵੀ ਇਹਨਾਂ ਲਾਲੀ ਵੀਰ ਦੀਆਂ ਵੀਡੀਓ ਖੜੀਆਂ ਕਰਕੇ ਉਹ ਹੈ ਮਤਲਬ ਕੀ ਕਰੋਨਾ ਦੇ ਕਰਕੇ ਨਹੀਂ ਪਾਈਆਂ ਅੰਦੇ ਉਹ ਮੇਰੀ ਨੰਬੀਰ ਜੀ ਮੈਂ ਤੁਹਾਨੂੰ ਉਹ ਵੀ ਵੀਡੀਓ ਸੈਂਡ ਕਰੂੰਗਾ ਸਾਰਾ ਕੁਝ ਪਾਉਂਗਾ ਇਹ ਇੰਟਰਵਿਊ ਲੈਣ ਆਇਆ ਇਹ ਬੰਦਾ ਡੇਲੀ ਪੋਸਟ ਵੱਲੋਂ ਮੇਰਾ ਇਹ ਬੰਦੇ ਨੇ ਮੇਰੀ ਇੰਟਰਵਿਊ ਲੈ ਲਈ ਤੇ ਕਹਿੰਦਾ ਵੀ ਤੇਰੀ ਇੰਟਰਵਿਊ ਨਹੀਂ ਹੀ ਪਾਉਣੀ ਮੈਂ ਕਿਹਾ ਚਲੋ ਠੀਕ ਹੈ ਵੀਰੇ ਨਾ ਪਾਈ ਅੰਦਾ ਕਰੋਨਾ ਚੱਲਣ ਡਿਆ ਅੱਜ ਇਹ ਬੰਦਾ ਆਇਆ ਤੇ ਅੱਜ ਇਹ ਬੰਦਿਆਂ ਦੇ ਦੋ ਬੰਦਿਆਂ ਨੇ ਮੂੰਹ 'ਚ ਮਾਸਕ ਪਾਏ ਹੋਇਆ ਤੇ ਇੱਕ ਬੰਦੇ ਦਾ ਮਾਸਕ ਨਹੀਂ ਪਾਇਆ। ਡੇਲੀ ਪੋਸਟ ਪੰਜਾਬੀ ਦਿਓ ਜਵਾਬ। ਦਿਓ ਜਵਾਬ ਮੱਕਰ ਸਾਹਿਬ ਤੁਸੀਂ ਆ ਜਾਂਦੇ ਵਧੀਆ ਗੱਲ ਈ। ਇਸ ਬੰਦੇ ਨੂੰ ਤੁਸੀਂ ਭੇਜਿਆ ਜਰੀਆ ਬਣਾ ਕੇ ਬੰਦਾ ਕੀ ਦਾ ਮੈਨੂੰ ਪਤਾ ਆ। ਹੈ? ਉਹ ਸ਼ਰਮ ਕਰੋ মিডিਆ ਵਾਲਿਓ ਅਸੀਂ ਨਹੀਂ ਤੁਹਾਨੂੰ ਘਰਵਾੜਨਾ। ਸਾਡੇ ਘਰ ਕੋਈ ਵੀ ਨਾ ਮੜੇ। ਮੇਰੇ ਕੋਲ ਪੂਰੇ ਪ੍ਰੂਫ ਆਇਆ ਮੈਂ ਐਸਐਸਪੀ ਦੇ ਸਾਹਮਣੇ ਦੇ ਨੰਗਾ ਕਰਨਾ ਗਗਨ ਬੇਦੀ। ਇਹਨੂੰ ਨੌਕਰੀ 'ਚੋਂ ਨਾਮ ਕੱਢਿਆ ਨਾ ਤੁਸੀਂ। ਰਹਿਂਦੀ ਐ ਨੌਕਰੀ ਵਾਲਾ ਰਹਿਂਦੋ ਤੇ ਚਲੋ ਆਪਾਂ ਅਗੇ ਦਾ ਮਾੜਾ ਨਹੀਂ ਕਰਨਾ ਚਾਹੁੰਦੇ ਇੱਕ ਮਰੀ ਘਰ ਮੈਨੂੰ ਫੋਨ ਦੇ ਮੜਾ ਜਾ ਫੋਨ ਦੇ ਆ ਤੇਰੇ ਸਾਹਮਣੇ ਫੋਟੋ ਆ ਮੇਰੀ ਗੱਲ ਸੁਣੋ ਕਿਉਂਕਿ ਅਸੀਂ ਕਿਸੇ ਦਾ ਵੀਰ ਮਾੜਾ ਨਹੀਂ ਕਰਨਾ ਚਾਹੁੰਦੇ ਤੇ ਦੂਜੀ ਗੱਲ ਅਸੀਂ ਗਗਨ ਬੇਦੀ ਨੂੰ ਮਾਫੀ ਵੀ ਕਰਤਾ ਹਰ ਤੋਂ ਮਾਫੀ ਵੀ ਮੰਗੀ ਅਸੀਂ ਮਾਫੀ ਵੀ ਕਰਤਾ ਪਰ ਬੜੀ ਗੱਲ ਹੈ ਕਿ ਇੱਕ ਵਾਰ ਹੀ ਨਹੀਂ ਘਟੋ ਘਟ 4 ਦਿਨ ਹੋ ਗਏ ਸਾਨੂੰ ਫੋਨ ਲਾਉਣ ਦਿਆ ਕਿ ਅਸੀਂ ਤੁਹਾਡੇ ਕੋਲ ਆਉਣਾ ਆਉਣਾ ਅਸੀਂ ਕਿਹਾ ਕੀ ਭਾਜੀ ਵੀਕੋ ਅਹੀਂ ਕਿਹੜਾ ਇਹ ਮੌਤ ਹੋਈ ਅਗਲੇ ਅੱਜ ਖੰਡ ਪਾਟਿਆ ਤੁਸੀਂ ਆਣ ਕੇ ਅੱਟ ਕੇ ਪੁੱਛਣ ਦੇ ਦਵਾਂਗੇ ਤੇ ਸਾਡੇ ਬਾਰੇ ਸੰਗਤ ਦਾ ਸਾਹ ਸੰਗਤ ਕੀ ਸੋਚੂਗੀ ਪਰ ਸਾਨੂੰ ਇਹ ਬਦਨਾਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਆ ਕਿਸੇ ਦੇ ਕਦੀ ਕਿਸੇ ਬੰਦ ਕਿਸੇ ਚੀਜ਼ ਦੇ ਬੰਦੇ ਆ ਕਦੀ ਕਿਹਦੇ ਕਿਹਦੇ ਬੰਦੇ ਆ ਸਾਨੂੰ ਮੈਂ ਅੰਭੀ ਦੇ ਪਹਿਲਾਂ ਵੀ ਦੱਸਿਆ ਕਿ ਮੱਦੀ ਇਹਨਾਂ ਪੜਿਆ ਲਿਖਿਆ ਨਹੀਂ ਉਹਨੂੰ ਨਹੀਂ ਗੱਲ ਕਰਨੀ ਆਉਂਦੀ ਜਿੰਨੀ ਆਉਂਦੀ ਉਹ ਕਰਦਾ ਆ ਹਾਂ ਸਾਨੂੰ ਇਹਨਾਂ ਦਾ ਪਤਾ ਨਹੀਂ ਕਿਹਦੇ ਬੰਦੇ ਕਿਹਦੇ ਨਹੀਂ ਕਿੰਨੇ ਇਹਨਾਂ ਨੂੰ ਘੱਲਿਆ ਪਰ ਅਸੀਂ ਇਹਨਾਂ ਨੂੰ ਅੱਜ ਇੱਥੋਂ ਭਜਾ ਦਿੱਤਾ ਓ ਠੀਕ ਆ ਅਹੀਂ মিডিਆ ਵਾਲੇ ਇੱਥੋਂ ਭੁਜਾਏ ਆ ਦਿੱਲੀ ਪੋਸਟ ਵਾਲੇ ਗगन ਬੇਦ